ਸੁਣਿਆ ਸੀ ਤੇ ਆਓ ਜਰਾ ਗੁਰੂ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਇਆ ਮੌਜੂਦਾ ਸਿੱਖੀ ਵਰ ਝਾਤ ਮਾਰ ਲਈਏ। ਅੱਜ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ, ਆਪਣੇ ਨਾਮਾਂ ਦੇ ਪਿੱਛੇ ਸਿੰਘ ਤੇ ਕੌਰ ਲਗਵਾਉਣ ਵਾਲੇ ਗੁਰੂ ਦੇ ਪਿਆਰੇ ਲਾਲੋ ਤੇ ਮੇਰੀਆਂ ਪਿਆਰੀਆਂ ਭੈਣਾਂ, ਜਰਾ ਕਦੇ ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖਿਆ ਸਾਡੇ ਨਾਂ ਦੇ ਪਿੱਛੇ ਜਿਹੜਾ ਸਿੰਘ ਸ਼ਬਦ ਲੱਗਿਆ ਤੇ ਇਧਰ ਭੈਣਾਂ ਦੇ ਨਾਮ ਪਿੱਛੇ ਕੌਰ ਸ਼ਬਦ ਲੱਗਿਆ, ਇਹਦੇ ਅਰਥ ਕੀ ਬਣਦੇ ਨੇ? ਦਸ਼ਮੇਸ਼ ਪਿਤਾ ਨੇ ਸਿੰਘ ਸ਼ਬਦ ਦੇ ਕੇ ਕਿਹਾ ਸੀ ਕਿ ਮੇਰਾ ਖਾਲਸਾ ਤੇ ਮੇਰਾ ਪੁੱਤਰ ਅੱਜ ਤੋਂ ਸ਼ੇਰ ਬਣ ਗਿਆ ਤੇ ਮੇਰੀਆਂ ਭੈਣਾਂ ਨੂੰ ਕੌਰ ਸ਼ਬਦ ਦੇ ਕੇ ਪਾਤਸ਼ਾਹ ਨੇ ਕਿਹਾ ਇਹ ਮੇਰੇ ਛੋਟੇ ਰਾਜਕੁਮਾਰ ਨੇ, ਇਹ ਮੇਰੇ ਲਾਡਲੇ ਬੱਚੇ ਨੇ। ਤੇ ਗੁਰੂ ਪਿਆਰਿਓ, ਸਿੱਖ ਧਰਮ ਦੇ ਵਿੱਚ ਜੋ ਮਾਣ ਤੇ ਸਤਕਾਰ ਇਸਤਰੀ ਨੂੰ ਪ੍ਰਾਪਤ ਹੋਇਆ ਉਹ ਸ਼ਾਇਦ ਕਿਤੇ ਹੋਰ ਨਹੀਂ ਹੋਇਆ ਹੋਣਾ। ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੱਲ ਕਹੀ ਕਿ ਇਸਤਰੀ ਨੂੰ ਮਾੜਾ ਨਾ ਕਹੋ, ਉਸ ਇਸਤਰੀ ਨੂੰ ਜਿਹੜੀ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਤੇ ਇਸੇ ਮਾਣ ਸਤਕਾਰ ਦੇ ਸਦਕਾ ਅੱਜ ਸਿੱਖ ਧਰਮ ਦੇ ਵਿੱਚ ਇਸਤਰੀ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦਾ ਪ੍ਰਚਾਰ ਕਰਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਬਾਣੀ ਪੜ੍ਹ ਸਕਦੀ ਹੈ। ਜਦਕਿ ਹੋਰਨਾਂ ਧਰਮਾਂ ਵਿੱਚ, ਈਸਾਈ ਧਰਮ ਦੇ ਵਿੱਚ ਇਸਤਰੀ ਨੂੰ ਐਸਾ ਪ੍ਰਚਾਰ ਕਰਨ ਦਾ ਅਧਿਕਾਰ ਨਹੀਂ ਤੇ ਮੁਸਲਮਾਨ ਤੇ ਇਸਤਰੀ ਨੂੰ ਮੱਕੇ ਦੇ ਅੰਦਰ ਐਂਟਰ ਨਹੀਂ ਕਰਨ ਦਿੰਦੇ, ਅੰਦਰ ਵੜਨ ਦਾ ਹੁਕਮ ਨਹੀਂ ਹੈ। ਅਸੀਂ ਸਤਿਗੁਰ ਪਾਤਸ਼ਾਹ ਨੇ ਸਾਡੇ ਤੇ ਕਿੰਨੀ ਕਿਰਪਾ ਕੀਤੀ ਤੇ ਮੇਰੀ ਉਹ ਭੈਣੋ, ਗੁਰੂ ਪਾਤਸ਼ਾਹ ਨੇ ਜੋ ਕਿਰਪਾ ਕੀਤੀ ਸੀ ਉਹ ਇਸ ਕਰਕੇ ਕਿ ਇਹ ਭੈਣਾਂ ਵੀ ਆਪਣੀ ਕੌਮ ਨੂੰ ਸੰਭਾਲਣ ਦੇ ਲਈ, ਵੀਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਲਿਆਉਣ ਦੇ ਲਈ ਯੋਗਦਾਨ ਪਾਉਣਗੀਆਂ। ਪਰ ਮਾਫ ਕਰਨਾ, ਅੱਜ ਮੇਰੀਆਂ ਇਹੀ ਭੈਣਾਂ ਛੋਟੇ ਜਿਹੇ ਬੱਚੇ ਨੂੰ ਜਿਹੜੀ ਉਮਰ ਉਹਦੀ ਕੋਈ 6 ਮਹੀਨਿਆਂ ਦੀ ਹੋਵੇਗੀ, ਬਾਲਾਂ ਨੂੰ ਕੈਂਚੀ ਆਪ ਲਾਉਂਦੀਆਂ ਨੇ, ਆਪਣੇ ਹੱਥਾਂ ਦੇ ਨਾਲ ਬਾਲ ਕੱਟਦੀਆਂ ਨੇ ਤੇ ਜਾਂ ਫਿਰ ਨਾਈ ਦੀ ਦੁਕਾਨੇ ਆਪ ਲੈ ਕੇ ਜਾਂਦੀਆਂ ਹਨ। ਗੁਰੂ ਸਵਾਰਿਓ, ਜਿਸ ਇਸਤਰੀ ਨੇ ਕੌਮ ਨੂੰ ਅੱਗੇ ਲੈ ਕੇ ਜਾਣਾ ਸੀ ਅੱਜ ਉਹ ਕੌਮ ਨੂੰ ਢਾਹ ਲਾ ਰਹੀ ਹੈ। ਜਿਸ ਬੱਚੇ ਨੂੰ ਮਾਂ ਨੇ ਪਹਿਲੇ ਦਿਨੋਂ ਸਿੱਖਿਆ ਦੇ ਦਿੱਤੀ ਕਿ ਬੇਟਾ ਤੂੰ ਸ਼ਾਹਰੁਖ ਖਾਨ ਵਰਗਾ ਬਣਨਾ ਹੈ, ਉਹਦੇ ਵਰਗੀ ਕੇਸਾਂ ਦੀ ਬਣਾਵਟ ਬਣਾ ਕੇ ਆ, ਉਹਦੇ ਵਰਗੀ ਕਟਿੰਗ ਕਰਵਾ ਕੇ ਆ, ਉਹ ਬੱਚਾ ਸਾਰੀ ਉਮਰ ਉਸੇ ਐਕਟਰ ਵਰਗੇ ਕੰਮ ਹੀ ਕਰੇਗਾ, ਉਹੋ ਜਿਹਾ ਉਸਦਾ ਕੈਰੇਕਟਰ ਬਣੇਗਾ। ਤੇ ਸਤਿਗੁਰ ਪਾਤਸ਼ਾਹ ਦੇ ਸਾਜੇ ਨਿਵਾਜੇ ਗੁਰੂ ਕੇ ਪਿਆਰੇ ਸਿੱਖੋ, ਆਪਣੇ ਆਪ ਨੂੰ ਪਹਿਚਾਨੋ। ਸਤਿਗੁਰੂ ਜੀ ਨੇ ਸਾਨੂੰ ਕਿਹਾ ਸੀ ਖਾਲਸਾ, ਜਰਾ ਖਾਲਸਾ ਸ਼ਬਦ ਦੇ ਅਰਥ ਕਰ ਲਈਏ। ਖਾਲਸਾ ਕਹਿੰਦੇ ਕਿਸ ਨੂੰ ਨੇ? ਜਿਸ ਤਰ੍ਹਾਂ ਕੋਈ ਚੀਜ਼ ਸ਼ੁੱਧ ਹੋਵੇ, ਘਰਾਂ ਦੇ ਵਿੱਚ ਜਿਹੜਾ ਘਿਓ ਤਿਆਰ ਕਰਦੀਆਂ ਨੇ ਮੇਰੀਆਂ ਮਾਤਾਵਾਂ, ਉਹ ਸ਼ੁੱਧ ਘਿਓ ਹੋਇਆ ਕਰਦਾ, ਤੇ ਜਿਹੜਾ ਬਾਜ਼ਾਰੋਂ ਮਿਲਿਆ ਹੋਵੇ ਉਹ ਮਿਲਾਵਟ ਵਾਲਾ ਹੁੰਦਾ। ਘਰ ਵਾਲੇ ਘਿਓ ਨੂੰ ਅਸੀਂ ਕਹਿ ਸਕਦੇ ਹਾਂ ਸ਼ੁੱਧ ਹੈ, ਖਾਲਸ ਹੈ। ਤੇ ਮੇਰੇ ਪਾਤਸ਼ਾਹ ਨੇ ਕਿਹਾ ਮੇਰਾ ਖਾਲਸਾ ਵੀ ਖਾਲਸ ਹੈ, ਕਿਉਂਕਿ ਜਿਹੋ ਜਿਹਾ ਅਕਾਲ ਪੁਰਖ ਵਾਹਿਗੁਰੂ ਨੇ ਇਸ ਨੂੰ ਮਾਤਾ ਦੇ ਗਰਭ ਦੇ ਵਿੱਚ ਬਣਾਇਆ ਸੀ, ਉਹੋ ਜਿਹਾ ਇਹ ਸੰਸਾਰ ਦੇ ਉੱਤੇ ਆ ਕੇ ਰਹਿੰਦਾ। ਇਹ ਕੇਸਾਂ ਨੂੰ ਕਤਲ ਕਰਕੇ ਆਪਣੀ ਬਣਾਵਟ ਚੇਂਜ ਨਹੀਂ ਕਰਦਾ, ਇਹ ਉਸ ਤਰ੍ਹਾਂ ਲਵਾ ਕੇ ਆਪਣਾ ਸਰੂਪ ਨਹੀਂ ਵਿਗਾੜਦਾ। ਸਤਿਗੁਰੂ ਜੀ ਦੀ ਬਾਣੀ ਵੀ ਕਹਿੰਦੀ ਹੈ ਸਾਬਤ ਸੂਰਤ ਦਸਤਾਰ ਸਿਰਾ। ਪਰ ਅੱਜ ਦੀ ਹਾਲਤ ਨੂੰ ਦੇਖ ਕੇ ਦਿਲ ਭਰ ਆਉਂਦਾ ਹੈ, ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ, ਅੱਜ ਹਾਲਤ ਕੀ ਹੋ ਗਈ ਤਾਂ ਰੋਣਾ ਆਉਂਦਾ ਹੈ, ਕੀ ਪਾਣਾ ਵਰਤ ਗਿਆ ਹਲੂਣਾ ਆਉਂਦਾ ਹੈ। ਅੱਜ ਸਾਡੇ ਲੀਡਰ, ਅੱਜ ਸਾਡੀ ਕੌਮ ਦੇ ਆਗੂ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ, ਸਾਡੇ ਵੀਰਾਂ ਨੂੰ, ਸਾਡੀਆਂ ਭੈਣਾਂ ਨੂੰ ਤੇ ਸਾਡੀਆਂ ਮਾਤਾਵਾਂ ਨੂੰ ਸਮਝਾਉਣਾ ਸੀ ਕਿ ਅਸੀਂ ਗੁਰੂ ਕੇ ਸਿਧਾਂਤਾਂ ਦੇ ਅਨੁਸਾਰ ਚੱਲਣਾ ਹੈ, ਅੱਜ ਸਾਡੀ ਕੌਮ ਦੇ ਉਹੀ ਲੀਡਰ, ਉਹੀ ਆਗੂ ਕੌਮ ਦੇ ਇਸ ਬੇੜੇ ਨੂੰ ਡੋਬਣ ਦੇ ਆਹਰ ਵਿੱਚ ਲੱਗੇ ਹੋਏ ਨੇ, ਆਪਣੀਆਂ ਕੁਰਸੀਆਂ ਦੀ ਚੌਧਰ ਦੇ ਪਿੱਛੇ ਲੱਗੇ ਨੇ। ਜ਼ਿਕਰ ਆਉਂਦਾ ਹੈ ਜਮਰੌਦ ਦੇ ਕਿਲੇ ਦੀ ਲੜਾਈ ਦਾ ਇਤਿਹਾਸ ਦੇ ਵਿੱਚ, ਕਹਿੰਦੇ ਜਮਰੌਦ ਦੇ ਕਿਲੇ ਦੇ ਵਿੱਚ ਜਦੋਂ ਲੜਾਈ ਲੱਗੀ ਹੋਈ ਖਾਲਸਾ ਫੌਜ ਦੀ ਪਠਾਣਾ ਦੇ ਨਾਲ, ਇਸ ਟਾਈਮ ਤੇ ਖਾਲਸਾਈ ਫੌਜ ਦੀ ਤੋਪ ਦਾ ਇੱਕ ਪਹੀਆ, ਇੱਕ ਟਾਇਰ ਟੁੱਟ ਗਿਆ ਤੇ ਉਧਰੋਂ ਤੋਪਚੀ ਕਹਿਣ ਲੱਗਾ ਇਸ ਤੋਪ ਦੇ ਥੱਲੇ ਕੋਈ ਸਿੱਖ ਆ ਕੇ ਆਪਣਾ ਮੋਢਾ ਡਾਵੇ ਤਾਂ ਹੀ ਤੋਪ ਚੱਲ ਸਕਦੀ ਏ, ਕਿਉਂਕਿ ਟਾਇਰ ਟੁੱਟ ਚੁੱਕਾ ਹੈ। ਹੁਣ ਖਾਲਸੇ ਨੇ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਤੋਪਚੀ ਕਹਿੰਦਾ ਜਿਹੜਾ ਕੋਈ ਤੋਪ ਦੇ ਥੱਲੇ ਆ ਕੇ ਮੋਢਾ ਡਾਵੇਗਾ ਉਹ ਸ਼ਹੀਦ ਹੋ ਜਾਵੇਗਾ, ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰਾ ਹੋ ਜਾਵੇਗਾ। ਗੱਲ ਸੁਣਦਿਆਂ ਹੀ